ਹਾਂਜੀ ਕਿਸਾਨ ਵੀਰੋ, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਟੋਟੀਆਂ ਪਹੁੰਚਿਆ, ਵੀਰ ਗਗਨ ਉਹਨਾਂ ਦੇ ਕੋਲ, ਭਾਊ ਗੁਰਮੇਲ ਸਿੰਘ ਉਹਨਾਂ ਦੇ ਘਰ। ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ, ਪਸ਼ੂ ਵਪਾਰ ਦਾ ਕਿੱਤਾ ਵੀਰ ਗਗਨ ਉਹਨਾਂ ਦਾ, ਤੇ ਪਸ਼ੂ ਦੋਸਤੋ ਡੇਲੀ ਰੂਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਵਿਕਰੀ ਵਾਲੇ। ਅੱਜ ਐਨੀਮਲ ਆਪਾਂ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਦਿਖਾ ਦੇਣੇ ਆ। ਟੋਟਲ 7 ਨਾਗ ਨੇ, ਜਿਨ੍ਹਾਂ ਦੇ ਵਿੱਚੋਂ 3 ਵੈੜਾਂ ਗੱਭਣ ਤਿਆਰੀ ਵਾਲੀਆਂ ਤੇ 3 ਬਿਲਕੁਲ ਸੱਜਰ ਤਾਜ਼ੀਆਂ ਸੂਈਆਂ। ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਤੇ ਨਾਲ ਦੀ ਨਾਲ ਤੁਸੀਂ ਚੁਆਈ ਦੇਖ ਲਓਗੇ। ਠੀਕ ਹੈ ਜੀ। ਵੈਸੇ ਹੁਣ ਸਮਾਂ ਜੇਕਰ ਆਪਾਂ ਤੁਹਾਨੂੰ ਨੋਟ ਕਰਾ ਦਿੰਦੇ ਇੱਕ ਵਾਰੀ, ਕੋਈ 2 ਵਜੇ ਦਾ ਸਮਾਂ ਹੈਗਾ, ਠੀਕ ਹੈ ਜੀ, ਦੁਪਹਿਰ ਦਾ। ਤੇ ਤਰੀਕ ਅੱਜ 30 ਸਤੰਬਰ ਨੂੰ ਆਪਾਂ ਇਹ ਕਵਰੇਜ ਕਰਨ ਜਾ ਰਹੇ ਹਾਂ। ਸੋ 7 ਨਾਗ ਆ, 7 ਨਾਗਾਂ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ। ਸੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤਾਂ ਜੋ ਪੂਰੀ ਜਾਣਕਾਰੀ ਆ, ਫੁੱਲ ਇਨਫੋਰਮੇਸ਼ਨ ਆ, ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਆਓ ਕਰਦੇ ਹਾਂ ਗੱਲਬਾਤ ਵੀਰ ਗਗਨ ਦੇ ਨਾਲ, ਪੁੱਛਦੇ ਹਾਂ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ। ਸਭ ਤੋਂ ਪਹਿਲਾਂ ਗਗਨ ਭਰਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਠੀਕ ਠਾਕ ਜੀ? ਵਧੀਆ ਜੀ, ਵਧੀਆ, ਕਿਰਪਾ ਗੁਰੂ ਰਾਮਦਾਸ ਜੀ। ਚਲੋ ਬਹੁਤ ਵਧੀਆ, ਚੰਗੀ ਗੱਲ ਵੀਰ ਗਗਨ। ਅੱਛਾ ਗਗਨ, ਅੱਜ ਬਾਈ ਆਪਣੇ ਕੋਲ ਪਸ਼ੂ ਟੋਟਲ 7 ਨਾਗ ਨੇ। ਹਾਂਜੀ 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 ਸੰਧੂ ਸਾਹਿਬ। ਹਾਂ, ਆਫੀ ਸੋਇਆ ਤੇ ਅੱਧੇ ਕਿਲੋ ਦਾ ਗੱਭਣ ਹੈ, ਬਾਕੀ ਅੱਧੇ ਸੰਧੂ ਸਾਹਿਬ 3 ਵਛੀਆਂ ਤਿਆਰੀ ਵਾਲੀਆਂ ਵਾ। ਹਾਂਜੀ। 3 ਹੀ ਪਰਸੋਂ ਰਾਤ ਸੋਈਆਂ ਨੇ। ਠੀਕ ਹੈ ਜੀ। ਤੇ ਇੱਕ ਆਪਣੇ ਤੋਂ ਝੋਟੀ ਸੋਈ ਆ 7-8 ਦਿਨਾਂ ਦੀ। ਠੀਕ ਹੈ ਜੀ। ਹਾਂਜੀ ਹਾਂਜੀ, ਕੱਟੀ ਮਗਰ ਆ, ਬੜੀ ਸੁੰਦਰ ਝੋਟੀ। ਠੀਕ ਹੈ ਜੀ। ਕੀ ਭਾਊ ਜੀ ਕੀ ਕਹਿ ਰਹੇ ਜੀ? ਨਕੀਨਾ 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 ਪੀਸ। ਵੈਰੀ ਗੁੱਡ। ਤੇ ਗਗਨ ਵੀਰੇ, ਸ਼ੁਰੂਆਤ ਇਸੇ ਝੋਟੀ ਤੋਂ ਕਰਾਂਗੇ ਆਪਾਂ। ਹਾਂਜੀ ਹਾਂਜੀ ਹਾਂਜੀ। ਵੀ ਸੱਜਰ ਤਾਜੀ ਸੂਈ ਅੱਜ ਕਿੰਨੇ ਕੁ ਦਿਨ ਹੋ ਗਏ ਇਹਨੂੰ? ਸੰਧੂ ਸਾਹਿਬ 8-9 ਦਿਨ ਹੋ ਗਿਆ ਜੀ ਕੱਟੀ ਮਗਰੇ ਦੇ। ਠੀਕ ਹੈ ਜੀ। ਹਾਂਜੀ। ਉਹ ਵੀ ਮਗਰ ਕੱਟੀ ਆ ਦੋਸਤੋ, 8-9 ਦਿਨਾਂ ਦੀ ਸੂਈ ਏ। ਤੇ ਸੂਆ ਦੂਜਾ ਹੀ ਝੋਟੀ? ਦੂਜਾ ਜੀ, ਦੂਜਾ। ਲਓ ਜੀ, ਦੂਜਾ ਸੂਆ ਤੇ ਮਗਰ ਵੀ ਕੱਟੀ ਆ। ਠੀਕ ਹੈ ਜੀ, ਆ ਕਰੋ ਚੈੱਕ। ਅੱਛਾ ਗਗਨ ਵੀਰੇ, ਹੁਣ ਬੋਲੇ ਕੱਚੇ ਬੋਲੇ ਤੋਂ ਵੀ ਚਲੋ ਪਸ਼ੂ ਬਾਹਰ ਆ ਗਿਆ, ਦੁੱਧ ਇਸ ਵਕਤ ਕਿੰਨਾ ਕੁ ਹੋਊਗਾ ਸੰਧੂ ਸਾਹਿਬ? ਦੁੱਧ ਹੋਣ ਆਇਆ ਟਾਈਮ ਹੋਊਗਾ 13-12 ਦੀ ਗਰੰਟੀ ਹੋਊ ਆਪਣੀ। ਠੀਕ ਹੈ ਜੀ। ਹਾਂਜੀ, ਚੋਣ ਚਾਣ ਬਹੁਤ ਚੰਗੀ ਆ। ਲਓ ਦੋਸਤੋ, ਦੂਜਾ ਸੂਆ ਤੇ ਵੈਸੇ 11 ਕਿਲੋ ਕਿ 12 ਦੀ ਗਰੰਟੀ ਸੰਧੂ ਸਾਹਿਬ? 12 ਦੀ 12 ਦੀ 12 ਦੀ 12 ਦੀ ਹੋਵੇ ਨਾ ਹੋਵੇ ਤਾਂ ਪਲਾਸ ਹੀ ਚੱਲਣ ਡਈ ਆ। ਮੈਂ ਨਾ ਹੋਊਗਾ ਵੱਧ ਹੀ ਹੋਊਗਾ, ਪਰ ਦੱਸਾਂਗੇ 12 ਹੀ। ਠੀਕ ਹੈ ਜੀ। ਪਤਾ ਕੀ ਆ, ਜੋ ਹੈਗਾ ਆਪਾਂ ਉਹ ਦੱਸਣਾ। ਠੀਕ ਹੈ ਜੀ। ਉਹ ਦੋਸਤੋ, 12 ਲੀਟਰ ਵੀਰਾਂ ਦਾ ਵੀ ਆਪਾਂ ਪੂਰੀ ਤਸੱਲੀ ਆ, ਜਿਹੜੇ ਵੀਰ ਨੇ ਸੌਦਾ ਕਰਨਾ 12 ਲੀਟਰ ਦਾ ਤੁਸੀਂ ਕਰਿਓ। ਠੀਕ ਆ, ਤੇ ਹੋਵੇ ਨਾ ਹੋਵੇ ਤਾਂ 12 ਲੀਟਰ ਤੋਂ ਪਲੱਸ ਹੀ ਚੱਲ ਰਹੀ ਆ, ਤੇ ਸਮਾਂ ਵੀ ਹਜੇ ਤਕਰੀਬਨ ਕੋਈ 9 ਦਿਨਾਂ ਤੋਂ ਬਾਹਰ ਹੀ ਆ ਪਸ਼ੂ ਨੂੰ, 9-10 ਦਿਨ ਹੀ ਸਮਾਂ ਹੋਇਆ ਸੂਈ ਨੂੰ। ਤੇ ਬਾਕੀ ਥਣ ਦੇ ਬਾਅਦ ਤੁਸੀਂ ਚੈੱਕ ਕਰੋ, ਨਾਲ ਦੀ ਨਾਲ ਚਵਾਈ ਵੀ ਤੁਸੀਂ ਦੇਖੋਗੇ। ਠੀਕ ਆ ਜੀ। ਤੇ ਵੈਸੇ ਕਹਿੰਦੇ ਮਾਰਨਿੰਗ ਚਵਾਈ ਕਿੰਨੇ ਵਜੇ ਕੀਤੀ ਆ? ਸੰਧੂ ਸਾਹਿਬ 6:30-6 ਵਜੇ ਕੀਤੀ ਆ ਜੀ। ਠੀਕ ਹੈ ਜੀ। ਆਣਾ ਥਣੀ ਤਾਂ ਆ ਗਈ ਆ, ਬੱਚੇ ਨੇ ਮੂੰਹ ਮਾਰਤਾ ਮੜਾਇਆ। ਹਾਂਜੀ, ਤਾਂ ਕਰਕੇ। ਠੀਕ ਹੈ ਜੀ। ਠੀਕ ਹੈ ਜੀ। ਸੋ ਆਪਸੀ ਥਣਾਂ ਦੀ ਵੰਡ ਜਿਹੜੀ ਦੋਸਤੋ ਤਕਰੀਬਨ ਕੋਈ 2-2, 4-4, 3-3 ਇੰਚ ਵਿੱਥੇ ਗਈ ਆਪਸੀ ਥਣਾਂ ਦੇ ਵਿੱਚ। ਸੰਧੂ ਸਾਹਿਬ ਚਵਾਜੂ ਬਹੁਤ ਚੰਗਾ ਲੱਗਾ ਕੱਟੀ ਨੂੰ। ਸੋ ਚਵਾ ਪਸਮਾ ਦੀ ਚੰਗੀ ਹੈ। ਠੀਕ ਹੈ ਜੀ, ਬਹੁਤ ਵਧੀਆ ਜਿਹਨੂੰ ਕਹਿੰਦੇ ਆ। ਦੂਜਾ ਸੂਆ ਤੇ ਬਾਕੀ ਚਵਾਈ ਜਿਹੜੀ ਆ ਦੋਸਤੋ ਵਿੱਚ ਤੁਸੀਂ ਦੇਖ ਰਹੇ ਹੋ, ਮੋਟੀ ਧਾਰ ਆ, 1 ਨੰਬਰ ਚਵਾਈ ਆ। ਠੀਕ ਹੈ, ਠੀਕ ਹੈ। ਲੈ ਵੀ ਗਗਨ, ਕੀ ਡਿਮਾਂਡ ਕਰਤੀ ਫਿਰ, ਲੈਣ ਦੇਣ ਕੀ ਰਹੂਗਾ ਇਹਦਾ? ਮੁੱਲ ਕਰਨੋਂ ਸੰਧੂ ਸਾਹਿਬ 1-15 ਵੀ ਕਰ ਲਈ, 1-10 ਵੀ ਕਰ ਲਈ, ਕਰਨ ਦਾ ਨਹੀਂ ਫਾਇਦਾ ਕੋਈ ਵੀ। ਆਹ 1-5 ਦੀ ਕੱਟੀ ਦੇ ਦਈਏ। 1-5 ਦੀ ਉਹ ਚ ਛੋਟ ਛੱਪਾ ਕਰ ਦਾਂਗੇ। ਠੀਕ ਹੈ ਜੀ। ਹਾਂਜੀ, ਉਹ ਵੀ 1,05,000 ਦੀ ਕਿਸਾਨ ਵੀਰੋ ਇਹ ਜਿਹੜੀ ਝੋਟੀ ਤੁਹਾਨੂੰ ਮਿਲ ਜੂਗੀ। ਠੀਕ ਹੈ ਜੀ, ਵਿੱਚੋਂ ਛੋਟ ਛੱਪਾ ਹੋ ਜੂਗਾ ਤੇ ਮਾਨਤਨ ਕਰਕੇ ਜਿਹੜਾ ਤੁਹਾਨੂੰ 1,05,000 ਦੇ ਵਿੱਚੋਂ ਇਹ ਜਿਹੜੀ ਝੋਟੀ ਦਿੱਤੀ ਜਾਊਗੀ। ਬਾਕੀ ਥਣ ਥੁਣ ਬਹੁਤ ਸੋਹਣਾ ਅਗਲੇ ਨਾਲ, ਅਗਲਾ ਤੇ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਵੀ ਬਰਾਬਰ ਆ, ਤੇ ਚੋਣ ਚਾਣ ਦੀ ਵੀ ਬਿਲਕੁਲ ਇਕਸਾਰ, ਤੇ ਪੱਧਰ ਲੇਵਾ ਵਿਖਾਲਾ। ਵਧੀਆ ਸੰਧੂ ਸਾਹਿਬ। ਠੀਕ ਹੈ ਜੀ। ਹਾਂਜੀ, ਲੈ ਵੀ ਗਗਨ ਵੀਰ, ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈੜ ਖੜੀ ਆ ਸੰਧੂ ਸਾਹਿਬ, ਦੂਜਾ ਸੂਆ ਵਛੀ ਦਾ ਜੀ, ਦੂਸਰਾ ਸੂਆ। ਹਾਂਜੀ ਹਾਂਜੀ, ਇਹਨੂੰ ਅੱਜ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਸੰਧੂ ਸਾਹਿਬ ਤਿਆਰ ਹੀ ਆ ਵਛੀ, ਆ ਗੱਭਣ ਆ ਗਈ, ਗੱਭਣ ਆ ਜੀ, ਗੱਭਣ। ਠੀਕ ਆ ਜੀ। ਹਾਂਜੀ,
ਪਾਪ ਦੱਸੋ ਇਹ ਗੱਬਰ ਨਾਗ ਆਪਾਂ ਤੁਹਾਨੂੰ ਤਿੰਨ ਦਿਖਾਵਾਂਗੇ, ਜਿਹੜੇ ਤਿੰਨ ਨਾਗ ਤੁਸੀਂ ਵੇਖੋਗੇ ਸੈਕਿੰਡ ਥਰਡ ਫੋਰਥ ਨੰਬਰ ਤੇ, ਇਹ ਗੱਬਰ ਅੱਗੇ ਫਿਰ ਪੰਜਵੇਂ ਛੇਵੇਂ ਸੱਤਵੇਂ ਨੰਬਰ ਤੇ ਜਿਹੜੀਆਂ ਵੱਛੀਆਂ ਸੂਈਆਂ ਨੇ। ਠੀਕ ਆ ਗਗਨ, ਸੂਆ ਦੂਜਾ ਕਿ ਤੀਜਾ? ਹਿੰਦੂ ਸਾਹਿਬ ਅਗਲਿਆਂ ਨੇ ਆਪਾਂ ਨੂੰ ਦੂਜਾ ਹੀ ਆਖਿਆ, ਕੋਈ ਤੀਜਾ ਵੀ ਮੰਨ ਲੂਗਾ ਕੋਈ ਚੱਕਰ ਨੀ ਆ, ਆਪਾਂ ਨੂੰ ਕੋਈ ਇਹ ਨੀ ਵੀ ਗੁੱਸਾ ਲੈ ਕੇ ਨਾ। ਲਓ ਜੀ ਠੀਕ ਆ ਨਹੀਂ, ਬਹੁਤ ਠੰਡੀ ਵੱਛੀ ਆ, ਪਹਿਲਾਂ ਨੇ ਮੰਨ ਲਓ ਦੂਜਾ ਵੀ ਮੰਨ ਲਓਗੇ ਤੀਓ ਪਲੱਸ ਦੁੱਧ ਚੁਆਇਆ ਵਾ ਵੱਛੀ ਨੇ। ਅੱਛਾ ਪਿਛਲੇ ਸੂਬੇ ਦੇ? ਹਾਂ ਤੀਓ ਪਲੱਸ ਚੁਆਇਆ ਵਾ। ਠੀਕ ਆ ਜੀ, ਹਾਂਜੀ ਠੀਕ ਆ। ਬਾਬ ਦੋਸਤੋ ਬੈਗ ਅਡਰ ਸਾਈਜ਼ ਦੇ ਵਿੱਚ ਆ, ਅਡਰ ਸਾਈਜ਼ ਤੁਸੀਂ ਚੈੱਕ ਕਰੋ। ਠੀਕ ਆ ਜੀ, ਹਾਈਟ ਮੀਡੀਅਮ ਦੇ ਵਿੱਚ ਤੇ ਬਾਕੀ ਹੈ ਕਰੋਸ ਅੰਗ ਦੇ ਵਿੱਚ ਆ। ਠੀਕ ਆ ਜੀ, ਥੱਲਿਓ ਕਰਮ ਵਾਲੀ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਥੱਬਿਆਂ ਦੇ ਥੱਬੇ ਪੰਡਾ ਪਾਈ ਖੜੀ ਆ, ਕਰੋ ਚੈੱਕ। ਤੇ ਵੈਸੇ ਤਿਆਰੀ ਤੇ ਹੀ ਆ ਪੂਰੀ? ਬਿਲਕੁਲ ਬਿਲਕੁਲ ਤਿਆਰੀ ਸੰਧੂ ਸਾਹਿਬ, ਇੱਕ ਅੱਧਾ ਦਿਨ ਕੱਢ ਜੂਗੀ। ਠੀਕ ਆ ਜੀ, ਬੈਕ ਅਡਰ ਸਾਈਜ਼ ਆ ਦੋਸਤੋ। ਠੀਕ ਆ ਜੀ, ਪੈਰ ਰੱਖ ਕੇ ਚੜਨ ਲਈ ਥੋੜੀ ਇੱਕ ਸਾਈਡ ਭਲੂਣ ਭਲਾਣ ਨਜ਼ਰ ਹੈਗੀ ਆ, ਹੈਗੀ ਹੈਗੀ ਮਾੜੀ ਜੀ ਭਾਲ ਵਾ। ਹਾਂਜੀ ਹਾਂ, ਬਾਕੀ ਜਦੋਂ ਸੂਪੀ ਉਦੋਂ ਸਾਰੀ ਐ ਚੁੱਕ ਜੂਗੀ। ਲਓ ਜੀ, ਬਾਕੀ ਕਰਮਾ ਵੀ ਦੋਸਤੋ ਚੰਗੀ ਸੋਹਣੀ ਥੱਲਿਓ ਬਣੀ, ਵਸ਼ੀ ਨੂੰ ਤੁਰਨਾ ਮੁਸ਼ਕਲ ਹੋਇਆ ਵਾ। ਹਾਂ, ਬਾਕੀ ਇਹਨਾਂ ਨੇ ਜਾਨਵਰ ਸੰਧੂ ਸਾਹਿਬ ਕਰਮਾ ਨਾਲ ਮਿਲਦੇ ਆ। ਬਸ ਪਤਾ ਜਾ ਥੋੜਾ ਪੱਕੀ ਥਾਂ ਦਾ ਕਰਕੇ ਕਰਦਾ, ਪੱਕਾ ਥਾਂ ਵਾ ਨਾ ਥੱਲੇ, ਨਾਲੇ ਵਜਨ ਵਜਨ ਉਪਰੋਂ ਹੋਇਆ ਵਜਨ ਸੰਧੂ ਸਾਹਿਬ ਚੱਡੇ ਦਾ ਹੀ ਵਜਨ ਬੜਾ ਵਾ ਤੇ ਵੈੜ ਵੀ ਕੀ ਕਰੇ। ਬਿਲਕੁਲ ਜੀ ਬਿਲਕੁਲ। ਲਓ ਦੋਸਤੋ ਆਪਦੇ ਵਜਨ ਵਜੂਦ ਨਾਲੋਂ ਕਰਮਾ ਲਈ ਜ਼ਿਆਦਾ ਲਈ ਖੜੀ ਹੈ ਥੱਲੇ। ਠੀਕ ਆ ਜੀ, ਤੇ ਜਿਵੇਂ ਆਪਾਂ ਨੋਰਮਲੀ ਇੱਕ ਅਕਾਊਂਟ ਕਰਾ ਦਿੰਦੇ ਹੁੰਦੇ ਆ ਵੀ ਆਰਡਰ ਦਾ ਸਾਈਜ਼ ਚੰਗਾ, ਬਾਕੀ ਇੱਕ ਸਾਈਡ ਤੇ ਤੁਸੀਂ ਵੇਖੋਗੇ ਉਲਟ ਮੈਨੀ ਸਾਈਡ ਤੇ ਭਲੂਣ ਜਿਹੜੀ ਤੁਹਾਨੂੰ ਭਲ ਭੁਲ ਨਜ਼ਰ ਆਊਗੀ, ਵੈਸੇ ਸੋਣ ਸਾਣ ਦੇ ਕਰਕੇ ਜਿਹੜਾ ਪਸ਼ੂ ਬਹੁਤ ਠੰਡੀ ਪਾ ਜਾਂਦੇ ਆ। ਠੀਕ ਆ, ਕਿੱਦਾਂ ਮਰਜ਼ੀ ਹੱਥ ਲਾਈਓ ਕਰਮਾ ਲਈ, ਆਵੇ ਨਾ ਥੋੜੀ ਕੁ ਭਲ ਹੈਗੀ ਆ। ਅੱਛਾ ਗਗਨ ਭਾਈ, ਪਿਛਲੇ ਸੂਬੇ ਦਾ ਕੋਈ ਦੱਸਿਆ ਉਹਨਾਂ ਨੇ ਕਿੰਨਾ ਕੁ ਦੁੱਧ ਚੋਇਆ? ਸੰਧੂ ਸਾਹਿਬ ਉਹਨਾਂ ਆਖਿਆ ਅਸੀਂ 30 ਪਲੱਸ ਦੁੱਧ ਚੋਇਆ ਵਾ। ਠੀਕ ਆ ਜੀ, ਹਾਂਜੀ ਠੀਕ ਆ ਜੀ, ਕੋਈ 30-32 ਕਿਲੋ ਦੀ ਆਪਾਂ ਗਰੰਟੀ ਦੇ ਕੇ ਭੇਜਾਂਗੇ ਜਿਹੜਾ ਵੀਰ ਲਊ ਆਪਣੇ ਨੂੰ। ਠੀਕ ਆ ਜੀ, ਹਾਂਜੀ ਤੇ ਕੀ ਮੁੱਲ ਕਰਦੇ ਆਂ ਅੱਜ ਸੰਧੂ ਸਾਹਿਬ? ਮੁੱਲ ਕਰਨ ਨੂੰ ਭਾਵੇਂ 85,000 ਵੀ ਕਰ ਲਈਏ, ਹਾਂ ਆਪਾਂ ਜੈਸ ਨੂੰ 75 ਦੀ ਵਸ਼ੀ ਦੇਣੀ ਆ। 75 ਦੀ? ਹਾਂ ਠੀਕ ਆ ਜੀ, ਕੋਈ ਛੋਟ ਛੱਪਾ ਹੀ ਹੋਊਗਾ ਮਾਨ ਤਾਨ ਬਸ ਆਏ ਗਏ ਦਾ। ਠੀਕ ਆ ਜੀ, ਹਾਂਜੀ ਲਓ ਵੀ 75,000 ਦੇ ਵਿੱਚੋਂ ਕਿਸਾਨ ਵੀਰੋ ਛੋਟ ਛੱਪਾ ਹੋ ਜਾਊਗਾ, ਮਾਨ ਤਾਨ ਹੋ ਜਾਊਗਾ ਕਿਸੇ ਵੀਰ ਦੇ ਵੀ ਘਰ ਆਏ ਗਏ ਦਾ, ਤੇ ਬਾਕੀ ਡਿਮਾਂਡ ਵੀ ਤੁਹਾਨੂੰ ਦੱਸਤੀ ਆ। ਇਧਰੋਂ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਇੱਕ ਵਾਰ ਥਾਣਾ ਲਾ ਕੇ ਉਹ ਦਿਖਾ ਦਿੰਦੇ ਆ, ਤੇ ਥਣ ਚਾਰੇ ਬਿਲਕੁਲ ਰੁਕ ਰੁਕ ਦੇ ਥਾਣਾ, ਮੁੱਠੀ ਮੁੱਠੀ ਥਾਣਾ। ਠੀਕ ਆ ਜੀ, ਤੇ ਬਾਕੀ ਤੁਸੀਂ ਇੱਥੇ ਆਣ ਕੇ ਆਪਣੀ ਟਿਪ ਕੇ ਤਸੱਲੀ ਕਰ ਲਿਓ, ਤਿਆਰੀ ਤੇ ਹੀ ਆ ਤਕਰੀਬਨ 2-3 ਲੈ ਜੀ, ਬਸ ਬਸ ਜੀ ਆਲਮੋਸਟ ਹੈ ਤਿਆਰੀ ਕੰਪਲੀਟ ਹੀ ਆ। ਠੀਕ ਆ, ਅੱਜ ਅੱਗੇ ਗਗਨ ਭਾਈ ਆਪਣੇ ਕੋਲ ਤੀਜੇ ਨੰਬਰ ਤੇ ਇਹ ਵੀ ਸੰਧੂ ਸਾਹਿਬ ਗੱਬਣ ਵੈੜ। ਠੀਕ ਆ ਜੀ, ਹਾਂਜੀ ਇਹਦਾ ਸੂਆ ਕਿੰਨਾ? ਸੂਆ ਸੰਧੂ ਸਾਹਿਬ ਤੀਜਾ ਹੋਊਗਾ ਜੀ, ਤੀਜਾ ਸੂਆ। ਹਾਂਜੀ ਹਾਂਜੀ, ਤੇ ਲੈਂਦੀ ਆ ਦੇਣੀ ਇਹ ਵੀ ਲੈ ਜੂਗੀ 5-7। ਠੀਕ ਆ ਜੀ, ਹਾਂਜੀ ਉਹ ਵੀ 5-7 ਕੁ ਦਿਨ ਹਜੇ ਦੋਸਤੋ ਸਮਾਂ ਇਹਦਾ ਬਾਕੀ ਆ, ਦੂਜਾ ਸੂਬਾ ਕੋਈ ਵੀਰ ਮੰਨ ਲਏ, ਅੱਗੇ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ। ਠੀਕ ਹੈ ਜੀ, ਕੋਈ ਤੀਜਾ ਵੀ ਮੰਨ ਕੇ ਤੁਸੀਂ ਸੌਦਾ ਕਰ ਲਓਗੇ, ਤੇ ਵੇਲ ਬੂਲ ਵੀ ਚੰਗੀ ਆ ਬੈੜ ਦੀ, ਤੇ ਬਾਕੀ ਕੱਦ ਵੀ ਵੱਡਾ। ਆ ਜਾ ਪੁੱਤ ਗੱਡੀ ਨੂੰ ਕੀ ਜਾਂਦੀ ਤੈਨੂੰ, ਚੱਲ ਆ ਜਾ ਆ ਜਾ ਆ ਜਾ ਮੁੜਿਆ ਮੁੜਿਆ ਉਹ ਨਾ ਥੱਲੇ ਬੱਜਰੀ ਜੀ ਆ, ਬੱਜਰੀ ਜੀ ਤੋਂ ਉਹਦਾ ਕਰਕੇ ਪਹੁ ਕਰਦਾ ਉੱਥੇ। ਠੀਕ ਆ ਜੀ, ਤੇ ਲੈ ਵੀ ਗਗਨ ਦਿਨ ਲੈਂਦੀ ਆ ਵੀਰ, ਅਜੇ ਚਲੋ 5-6-7 ਕੱਢਦੀ ਆ, 5-7 ਲੈ ਜੂਗੀ, ਬਾਕੀ ਥਾਂ ਤੁਹਾਨੂੰ ਬਹੁਤ ਵਧੀਆ ਲੱਗਾ। ਹਾਂ ਲਓ ਜੀ, ਵਸੀ ਥੱਲਿਓ ਦੋਸਤੋ ਸਾਫ ਸੁਥਰੀ ਆ, ਵੀ ਲੇਵੇ ਭਾਨੇ ਦੀ ਗੱਲ ਕਰੀਏ ਤੇ ਕੋਈ ਜਿਹੜਾ ਐਕਸਟਰਾ ਕੋਈ ਬੱਚਾ ਕੋਈ ਪੋਰ ਮਾਸ ਨਹੀਂ ਹੈਗਾ ਨਾਲ, ਚਾਰ ਹੀ ਥਾਂ ਆ। ਠੀਕ ਆ, ਤੇ ਬਾਕੀ ਚੋਣ ਜਾਣ ਵਾਲਾ ਪੂਰਾ ਥਣ ਨਿਕਲ ਕੇ ਸਾਹਮਣੇ ਆ ਜੂਗਾ ਜਦੋਂ ਪਸ਼ੂ ਸੁੰਦਾ ਸਾਂਦਾ, ਤੇ ਪਸਮਾਪ ਸਮੂਹ ਤੋਂ ਬਾਅਦ ਦੀ ਗੱਲ ਕਰੀਏ। ਤੇ ਇਹਦਾ ਵੀਰ ਮੁੱਲ ਕੀ ਰਹੂਗਾ ਫਿਰ ਬੈਠਦਾ?
ਸੰਧੂ ਸਾਹਿਬ ਮੁੱਲ ਨਹੀਂ ਇਹਦਾ ਆਪਾਂ ਕਰਨਾ ਆਪਾਂ 55,000 ਦੀ ਦੇ ਲੈ ਗੱਲ ਕਰਨੀ ਆ ਦੇ ਲੈ ਹੈ ਮੁੱਲ ਕਰਨ ਦਾ ਨਹੀਂ ਕੋਈ ਫਾਇਦਾ 55 ਜੀ ਬਸ ਬਸ ਠੀਕ ਹੈ ਜੀ ਲਓ ਵੀ 55,000 ਲੈਣ ਦੇ ਨਾਲ ਹੀ ਗੱਲਬਾਤ ਆ ਠੀਕ ਹੈ ਜੀ ਛੋੜ ਛਪਾ ਕਰਾਂਗੇ ਸੰਧੂ ਸਾਹਿਬ ਵਿੱਚੋਂ ਮਾਨ ਤਾਂ ਹੋ ਜਾਊਗਾ ਕਿਸੇ ਵੀਰ ਦਾ ਅੱਗੇ ਆਪਣੇ ਕੋਲ ਡੱਬੀ ਆ ਗਈ ਇਹਦਾ ਵੀਰ ਕੀ ਡਿਟੇਲ ਕੀ ਵੇਰਵਾ ਸੰਧੂ ਸਾਹਿਬ 6 ਦੰਦ ਵਸ਼ੀ ਆ ਦੂਜਾ ਸੂਆ ਵਾ ਹਾਂਜੀ ਠੀਕ ਹੈ ਜੀ ਜੁਗੇ ਵੀ 7-8 ਦਿਨ ਕੱਢ ਜੂ ਲਓ ਦੋਸਤੋ ਇਹ ਵੀ ਗੱਬਣ ਆ ਠੀਕ ਹੈ ਜੀ ਇਹ ਗੱਬਣ ਨਾਗ ਜਿਹੜੇ ਆਪਾਂ ਤੁਹਾਨੂੰ ਤਿੰਨ ਦਿਖਾ ਰਹੇ ਹਾਂ ਠੀਕ ਹੈ ਜੀ ਤੇ ਤਿੰਨ ਜਿਹੜੀਆਂ ਬੈੜਾਂ ਸੂਈਆਂ ਸੀਗੀਆਂ ਉਹਨਾਂ ਦੇ ਵਿੱਚੋਂ ਇਹ ਲਾਸਟ ਗੱਬਣ ਆਪਾਂ ਬੈੜ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਮੋਹ ਦੰਦੀ ਕਿਵੇਂ ਛਿੱਗੀ ਆ ਛਿੱਗੀ ਜੀ ਛਿੱਗੀ ਠੀਕ ਹੈ ਜੀ ਛਿੱਗੀ ਆ ਦੂਜਾ ਸੂਆ ਇਸ ਬੈੜ ਨੇ ਸੁਣਾ HF ਦੇ ਵਿੱਚ ਇਹ ਕ੍ਰੋਸ ਆਂਗਾ ਠੀਕ ਹੈ ਜੀ ਸੋ ਦਿਨ 5 ਲੈ ਜੇ 6-7 ਲੈ ਜੇ ਠੀਕ ਹੈ ਜੀ ਕੋਈ ਹਫਤਾ ਗੱਡੀਆਂ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਹੈ ਠੰਡੀ ਧੀਰੀ ਹੈ ਠੰਡੀ ਜੀ ਠੰਡੀ ਸੰਧੂ ਸਾਹਿਬ ਕੋਈ ਛੜਾਕਲ ਨਹੀਂ ਕੋਈ ਕੁਛ ਨਹੀਂ ਕਰਨ ਵਾਲੀ ਮਾਲ ਨਾ ਸੰਧੂ ਸਾਹਿਬ ਉਹ ਮਾਲ ਰਾਤੀ ਆਇਆ ਕੋਹ ਮਾਲ ਤੜਕੇ ਹੀ ਆਇਆ ਲੈ ਮਾਲ ਤਾਂ ਕਰਕੇ ਨਾ ਮਾਲ ਲੈ ਪੂਰਾ ਪੱਠਾ ਪੁੱਠਾ ਨਹੀਂ ਖਾਦਾ ਮਾਲ ਸਫ਼ਰ ਦੇ ਵਿੱਚ ਆਇਆ ਵੀ ਦੋ ਦੋ ਦਿਨ ਤਾਂ ਪਸੂ ਜੀ ਨਹੀਂ ਲਾਉਂਦੇ ਕਈ ਥਾਂ ਤੇ ਉੱਪਰ ਹੀ ਨਵੀਂ ਥਾਂ ਤੇ ਆ ਕੇ ਸਹੀ ਹੈ ਜੀ ਲੈ ਵੀਰ ਗਗਨ ਅਜ ਦਾ ਮੁੱਲ ਕੀ ਰਹੂਗਾ ਤੇ ਲੈਣ ਦੇਣ ਕੀ ਗੱਲਬਾਤ ਵਿੱਚੋਂ ਕੀ ਛੋੜ ਛੱਪੇ ਸੰਧੂ ਸਾਹਿਬ ਮੁੱਲ ਕਰਨ ਨੂੰ 75 ਕਰੀਏ 70,000 ਚ ਮਾਨ ਤਾਨ ਕਰਾਂਗੇ ਵਸ਼ੀ ਦਾ 70 ਚੋਂ ਹਾਂਜੀ ਠੀਕ ਹੈ ਜੀ ਕੋਈ ਛੋੜ ਛਾੜ ਕਰਦਾ ਕੋਈ ਗੱਲ ਠੀਕ ਹੈ ਕਰ ਦਿਓ ਖੁੱਲੀ ਡੁੱਲੀ ਲਓ ਜੀ 70,000 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੋ ਜਾਊਗਾ ਬਾਕੀ ਕੱਦ ਬੋਤ ਵਾਲੀ ਹੈ ਕਰਮ ਵਾਲੀ ਜਿੰਨੀ ਆ ਮਜ਼ਬੂਤ ਪੂਰੀ ਨਿੱਗਰ ਤੇ ਥੱਲੇ ਲੇਵੇ ਦੀ ਵੀ ਪੂਰੀ ਖਬਰਦਾਰ ਬਣੂਗੀ ਅਜੇ ਦਿਨ 6-7 ਕੱਢਦੀ ਆ ਠੀਕ ਆ ਤੇ ਬਾਕੀ ਥਣ ਥੁਣ ਪੂਰਾ ਹੱਥੀ ਚਵਾਈ ਵਾਲਾ ਬਹੁਤ ਚੰਗੀ ਸੰਧੂ ਸਾਹਿਬ ਠੰਡੀ ਠਾਰ ਆ ਠੀਕ ਆ ਜੀ ਲੈ ਵੀ ਗਗਨ ਅੱਗੇ ਆਪਣੇ ਕੋਲ ਜਿਹੜਾ ਮਾਲ ਆ ਗਿਆ ਇਹ ਤਿੰਨੇ ਬੜਾ ਸੂਈਆਂ ਬਿਲਕੁਲ ਸੱਜਰ ਤਾਜ਼ੀਆਂ ਠੀਕ ਆ ਇਹਦਾ ਸੂਆ ਤੇ ਕਿੰਨੇ ਕਿ ਦਿਨਾਂ ਦੀ ਸੂਈ ਸੰਧੂ ਸਾਹਿਬ ਦੂਜਾ ਸੂਆ ਵਾ ਪਰਸੋਂ ਰਾਤ ਸੂਈਆਂ ਬੜਾ ਹੈ ਪਰਸੋਂ ਰਾਤ ਹਾਂਜੀ ਹਾਂਜੀ ਪਰਸੋਂ ਸੂਈ ਰਾਤ ਵਸ਼ੀ ਠੀਕ ਆ ਜੀ ਹੁਣ ਹੋਊਗਾ ਮੇਰੇ ਹਿਸਾਬ ਨਾਲ ਕੋਈ 15-16 ਕਿਲੋ ਬੜਾ ਹੋਊਗਾ ਅੱਛਾ ਬੱਚਾ ਮਗਰ ਤੇ ਕੀ ਪਾਇਆ ਬੱਚਾ ਇਹਦਾ ਮਗਰ ਉਹ ਵੱਛਾ ਵੱਛਾ ਮੇਲ ਹਾਂਜੀ ਹਾਂਜੀ ਨਾੜੂ ਨਾਲ ਬੱਚਾ ਅੱਛਾ ਪਰਸੋਂ ਦੀ ਸੂਈ ਹੈ ਬੋਲਾ ਕਿੰਨਾ ਦੱਸਿਆ ਜੀ ਬੋਲਾ ਹੋਊਗਾ ਹੁਣ ਸੰਧੂ ਸਾਹਿਬ ਕੋਈ 15 ਹੋਵੇ 16 ਠੀਕ ਆ ਜੀ ਬਾਕੀ 20 ਤੋਂ ਬਾਅਦ ਦੁੱਧ ਦੇਊਗੀ ਵਸ਼ੀ ਠੀਕ ਹੈ ਜੀ 22-24 ਕਿਲੋ ਦੁੱਧ ਦੇ ਦੇਊਗੀ ਆਰਾਮ ਨਾਲ ਠੀਕ ਹੈ ਜੀ ਹਾਂਜੀ ਲਓ ਕਿਸਾਨ ਵੀਰੋ 15-16 ਕਿਲੋ ਬੋਲਾ ਹੈ ਅੱਜ ਤੀਜਾ ਦਿਨ ਠੀਕ ਹੈ ਜੀ ਪਰਸੋਂ ਦੀ ਸੂਈ ਆ ਤੀਜਾ ਦਿਨ ਤੇ ਕ੍ਰੋਸ ਅੰਕ ਦੇ ਵਿੱਚ ਆ ਠੀਕ ਹੈ ਤੇ ਸੂਆ ਦੂਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਰੰਗ ਪ੍ਰਿੰਟ ਜਿਹੜੀ ਡੱਬੀ ਆ ਠੀਕ ਹੈ ਜੀ ਬਾਕੀ ਚੋਣ ਜਾਣ ਦੀ ਗਗਨ ਬਿਲਕੁਲ ਬਹੁਤ ਵਧੀਆ ਸੰਧੂ ਸਾਹਿਬ ਜਵਾਬ ਬਹੁਤ ਚੰਗਾ ਲੱਗਾ ਠੀਕ ਹੈ ਜੀ ਸੋ ਦੁੱਧ ਪੜਾ ਦੂਗੀ ਤਕਰੀਬਨ ਕੋਈ 20 ਤੋਂ ਬਾਅਦ ਸੰਧੂ ਸਾਹਿਬ 22-24 ਕਿਲੋ ਦੁੱਧ ਦੇ ਦੂਗੀ ਆਰਾਮ ਨਾਲ ਅੱਛਾ ਜੀ ਹੌਲੀ ਹੁਣ ਬੱਚਿਆਂ ਨੂੰ ਜਾਂਦੀਆਂ ਭੱਜ ਗਏ ਹੁਣ ਕੀ ਕਰੀਏ ਵਿਚਾਰੀਆਂ ਲਓ ਜੀ ਸੋ ਦੋਸਤੋ 16 ਕਿਲੋ ਜਿਹੜਾ ਇਸ ਵਕਤ ਬੋਲਾ ਜਿਹੜੀ ਆਪਾਂ ਤੁਹਾਨੂੰ ਬੈਠ ਦਿਖਾਤੀ ਆ ਠੀਕ ਆ ਜੀ ਠੀਕ ਆ ਬਾਕੀ ਠੰਡੀ ਤੀਰੀ ਸੀਲ ਸੌ ਬੜੀ ਆ ਵਧੀਆ ਠੰਡੂ ਸੰਧੂ ਸਾਹਿਬ ਭਾਵੇਂ ਇਦਾਂ ਬੈਠੇ ਰਹੋ ਕਰਮ ਵਾਲੀ ਠੀਕ ਆ ਜੀ ਬੱਚਾ ਗਗਨ ਇਹੋ ਜਿਹਾ ਬੱਚਾ ਹਾਂਜੀ 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 ਆਵੇ ਨਾੜੂ ਨਾਲ ਸੰਧੂ ਸਾਹਿਬ ਲਓ ਜੀ ਆ ਬੱਚਾ ਜੇ ਮੇਲ ਠੀਕ ਆ ਤੇ ਇਹਦਾ ਲੈਣ ਦੇਣ ਕੀ ਰਹੂਗਾ ਗਗਨ ਸੰਧੂ ਸਾਹਿਬ ਮੁੱਲ ਭਾਵੇਂ 65 ਕਰੀ ਜਾਈਏ 62,000 ਦੀ ਵਸ਼ੀ ਦੇਣੀ ਆ ਆਪਾਂ 62,000 ਦੀ ਹਾਂਜੀ
ਵੀ ਕਸਰਾ ਕੁਸਰਾ ਕੱਢ ਕੇ ਬਾਹਰ ਦੀ ਦੇਣੀ ਆ ਕਿ ਵਿੱਚ ਛੋਟ ਛਪਾ ਕੋਈ ਨੀ ਕਰ ਦਾਂਗੇ ਆਏਗਾ ਇਹਦਾ ਮਾਣ ਹਾਂ ਕਰ ਦਿਓ ਮਾਣ ਕਰਨਾ ਪੈਂਦਾ ਆਹੋ ਬਿਲਕੁਲ ਜੀ ਬਿਲਕੁਲ ਉਹ ਤਾਂ ਹਰ ਵਾਰ ਜ਼ਰੂਰੀ ਆ ਬਸ ਜੀ ਬਸ ਬਿਲਕੁਲ ਜੀ ਬਿਲਕੁਲ ਲਓ ਦੱਸੋ ਮਾਣ ਤਾਂ ਖੁੱਲਾ ਡੁੱਲਾ ਹੋ ਜਾਊਗਾ ਬਾਹਰ ਹਜ਼ਾਰ ਦੇ ਵਿੱਚੋਂ ਤੇ ਕੋਈ ਭਰਾ ਤੁਸੀਂ ਸੌਦਾ ਕਰਿਓ ਠੀਕ ਹੈ ਜੀ ਤੇ ਮੌਕੇ ਤੇ ਛੋਟ ਛਪਾ ਹੋਊਗਾ ਜਿੰਨਾ ਵੀ ਕਿਸੇ ਵੀਰ ਨੇ ਚਾਹਿਆ ਠੀਕ ਹੈ ਠੀਕ ਹੈ ਜੀ ਤੇ ਇੱਧਰ ਵੀਰ ਗਗਨ ਆਪਣੇ ਕੋਲ ਜਿਹੜੀਆਂ ਇੱਧਰ ਦੋ ਵੈੜਾਂ ਉਹਨਾਂ ਦੇ ਵਿੱਚੋਂ ਜਿਹੜੀ ਬਲੈਕ ਆ ਗਈ ਆਪਣੇ ਕੋਲ ਸੰਧੂ ਸਾਹਿਬ ਇਹ ਵੀ ਪਰਸੋਂ ਤਿੰਨੇ ਵੈੜਾਂ ਮਤਲਬ ਪਰਸੋਂ ਰਾਤ ਹੀ ਸੂਈਆਂ ਆ ਆਪਣੀਆਂ ਅੱਛਾ ਜੀ ਇਹਦੇ ਮਗਰ ਵਛੀ ਆ ਹੂੰ ਇਹਦੀ ਆ ਵਛੀ ਆ ਵੀ ਜਲੀ ਵਿਚਕਾਰ ਲਈ ਆ ਬਰਾਊਨ ਆ ਕਲਰ ਵਾਲੀ ਹਾਂਜੀ ਹਾਂਜੀ ਹੂੰ ਇਹ ਤੋਂ ਵੀ ਹੁਣ ਸੰਧੂ ਸਾਹਿਬ ਕੋਈ 12 13 ਕਿਲੋ ਬੋਲੀ ਹੋਊਗੀ ਠੀਕ ਹੈ ਜੀ ਹਾਂਜੀ ਠੀਕ ਆ ਸੂਆ ਇੱਕ ਨਵਾਂ ਦੂਜਾ ਕੇ ਸੂਆ ਦੂਜਾ ਜੀ ਦੂਜਾ ਠੀਕ ਆ 12 13 ਕਿਲੋ ਬੋਲੀ 12 13 ਕਿਲੋ ਸੰਧੂ ਸਾਹਿਬ 17 18 ਕਿਲੋ ਦੀ ਮਾਲਕ ਆ ਵੈੜ ਹੂੰ ਲਓ ਜੀ 12 13 ਕਿਲੋ ਬੋਲੀ ਤੇ ਇਹ ਵੀ ਦੱਸੋ ਪਰਸੋਂ ਦੀ ਸੂਈਆਂ ਬੈਣਾ ਜਿਹੜੀਆਂ ਤਿੰਨੇ ਤੁਹਾਨੂੰ ਆਪਾਂ ਸੂਈਆਂ ਦਿਖਾਉਣੀਆਂ ਨੇ ਤਿੰਨੇ ਇਹ ਪਰਸੋਂ ਤੀਜੇ ਦਿਨ ਦੇ ਵਿੱਚ ਚੱਲ ਲੈਣਾ ਬਾਕੀ ਸੂਏ ਸਾਏ ਦੀ ਕੋਈ ਸੂਆ ਵੱਧ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਇੱਕ ਅੱਧੇ ਸੂਏ ਦਾ ਤਾਂ ਫਰਕ ਹੁੰਦਾ ਹੀ ਹੈ ਚਲੋ ਕੋਈ ਗੱਲ ਨਹੀਂ ਉਹ ਆਪੇ ਸਮਝੇ ਨਾਲੇ ਨਰਕ ਪਰਕ ਕਰੇ ਬਾਕੀ ਚੋਂ ਨਹੀਂ ਮੇਰੀ ਵੈੜ ਮਾੜੀ ਹੋਊਗੀ ਹਾਂ ਜੇ ਮਾੜੀ ਹੋਊਗੀ ਤਾਂ ਪਹਿਲਾਂ ਦੱਸੀ ਜਾਊਗੀ ਬਾਕੀ ਕੱਦ ਘਾਟ ਕਿਸਾਨ ਵੀਰੋ ਜਿਹੜੇ ਕਿ ਆਪਾਂ ਨੋਰਮਲ ਇੱਕ ਜਰਸੀ ਬਰੀਡ ਦੀਆਂ ਵੈੜਾਂ ਦੇਖਦੇ ਆ ਉਡਾ ਇੱਕ ਕੱਦ ਘਾਟ ਹੈਗਾ ਵੈਸੇ ਹੈ ਜਰਸੀ ਅੰਗ ਦੇ ਵਿੱਚ ਹੀ ਆ ਕ੍ਰੋਸ ਤੇ ਰੰਗ ਬਲੈਕ ਆ ਕੁਝ ਜਿਹੜੇ ਵਾਈਟ ਡੋਟ ਸਪੋਟ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਠੀਕ ਆ ਠੀਕ ਹੈ ਜੀ 12 13 ਕਿਲੋ ਬੋਲਾ ਇਸ ਵਕਤ ਦੇ ਥੱਲੇ ਹਾਜ਼ਰ ਤੇ ਕੋਈ ਵੀਰ ਆਪਣੀ ਦੋ ਟਾਈਮ ਨਹੀਂ ਆਪਾਂ ਹਮੇਸ਼ਾ ਕਹਿੰਦੇ ਆ ਵੀ ਕੋਈ ਤਿੰਨ ਟਾਈਮ ਵੀ ਚੋ ਕੇ ਆਪਣੀ ਤਸੱਲੀ ਕਰੇ ਠੀਕ ਆ ਤੇ ਇਹਦਾ ਗਗਨ ਕੀ ਮੁੱਲ ਕੀ ਡਿਮਾਂਡ ਕਰਾਂਗੇ ਲੈਣ ਦੇ ਸਾਹਿਬ ਮੁੱਲ ਕਰਨ ਨੂੰ ਭਾਵੇਂ ਦਾ 55000 ਕਰੀ ਜਾਈਏ ਵਿੱਚ 2000 ਮਾਨ ਕਰਾਂਗੇ 53000 ਦੀ ਜੈਸ ਨੂੰ ਹੋਣੀ ਆ 53000 ਦੀ ਹਾਂਜੀ ਠੀਕ ਹੈ ਜੀ ਬਾਕੀ ਦੁੱਧ ਇਹਨਾਂ 17 18 ਕਿਲੋ ਦੁੱਧ ਸੌਖਾ ਭਰ ਜੂਗੀ ਵੈਸੇ ਹੂੰ ਇੰਨਾ ਵੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਹਾਂਜੀ ਲਓ ਜੀ ਸੋ ਦੋਸਤੋ ਹੁਣ ਬੋਲੇ ਦੀ ਥਾਂ ਬੋਲਾ ਮੰਨ ਕੇ ਤੁਸੀਂ ਜਿਹੜਾ ਸੌਦਾ ਕਰਿਓ ਠੀਕ ਆ ਜੀ ਦੁੱਧ ਅੱਗੇ ਆਪਾਂ ਹਮੇਸ਼ਾ ਕਹਿੰਦੇ ਵੀ ਸੇਵਾ ਚੰਗੀ ਤੇ ਪੈਂਦਾ ਜਿੰਨਾ ਪਾਲੋ ਨਾ ਮਾਲ ਸਾਰਾ ਸੋਇਆ ਸਵਾਇਆ ਤੇ ਜਿਹੜੇ ਪਸ਼ੂ ਗੱਭਣਾ ਠੀਕ ਆ ਜੀ ਉਹਨਾਂ ਵੀ ਕੋਈ 2 5 7 8 ਦਿਨਾਂ ਦੇ ਵਿੱਚ ਸੂ ਪੈਣਾ ਤੇ ਦੁੱਧ ਸੇਵਾ ਦਾ ਬਾਕੀ ਹੁਣ ਬੋਲੇ ਦੀ ਥਾਂ ਬੋਲੇ ਦੀ ਤਸੱਲੀ ਕਰਕੇ ਲੈ ਕੇ ਜਾਇਓ ਅੱਛਾ ਗਗਨ ਆਪਣੇ ਕੋਲ ਜਿਹੜਾ ਲਾਸਟ ਵਿੱਚ ਇਹ ਨਾਗ ਆ ਗਿਆ ਵੀਰੇ ਇਹ ਵੀ ਸੰਧੂ ਸਾਹਿਬ ਪਰਸੋਂ ਹੀ ਸੂਈ ਤਿੰਨੇ ਵੈੜਾਂ ਹੀ ਪਰਸੋਂ ਰਾਤ ਸੂਈਆਂ ਆਪਣੇ ਘਰੇ ਹੀ ਇੱਥੇ ਜੇਰ ਪਾਈ ਇਹਨਾਂ ਨੇ ਓਕੇ ਹਾਂਜੀ ਤੇ ਇਹਦਾ ਸੂਆ ਕਿਵੇਂ ਆ ਸੂਆ ਸੰਧੂ ਸਾਹਿਬ ਇਹਦਾ ਦੂਜਾ ਨਹੀਂ ਤਾਂ ਤੀਜਾ ਪੱਕਾ ਹੋਊਗਾ ਲਓ ਜੀ ਹਾਂ ਤਾਂ ਦੱਸੋ ਦੂਜਾ ਚਵਾ ਬਹੁਤ ਚੰਗਾ ਤੀਜਾ ਸੂਆ ਮੰਨ ਕੇ ਤੁਸੀਂ ਸੌਦਾ ਕਰਿਓ ਵਛਾ ਹੀ ਆ ਮਗਰ ਤੇ ਵਛਾ ਇਹਦੇ ਮਗਰ ਵਛਾ ਵਛੀ ਕੇ ਦੀ ਵਿਚਕਾਰ ਲਈ ਕੱਲੀ ਗਾਂ ਨੂੰ ਬਿਲਕੁਲ ਆ ਬਲੈਕ ਇਹਦਾ ਹੀ ਵਛਾੜਾ ਹਾਂ ਬਲੈਕ ਇਹਦਾ ਠੀਕ ਆ ਕੋਈ ਹੋ ਗਈ ਆ ਘੱਟੋ ਘੱਟ ਕੀ ਗਗਨ ਕੋਈ 4 5 4 ਡੰਗ ਦੀ ਚਵਾਈ ਪੰਜਾਂ ਡੰਗਾਂ ਦੀ ਤਿੰਨ ਚਾਰ ਚਵਾਈਆਂ ਹੋ ਗਈਆਂ ਸੰਧੂ ਸਾਹਿਬ ਬਾਕੀ ਆ ਸਾਰੀਆਂ ਬੌਲਿਓਂ ਬਾਹਰ ਹੀ ਆ ਮੰਨ ਲਓ ਲਾ ਲਓ ਇਹ ਹੁਣ ਤੁਸੀਂ ਠੀਕ ਆ ਜੀ ਹਾਂ ਬਸ ਸਾਫ ਕੀਤੀਆਂ ਆਪਾਂ ਸਾਰੀਆਂ ਲਓ ਵੀ ਭਰਾਵੋ ਠੀਕ ਆ ਇਹ ਵੀ ਆਪਾਂ ਲਾਸਟ ਵਿੱਚ ਦੋਸਤੋ ਵੈੜ ਤੁਹਾਨੂੰ ਦਿਖਾ ਰਹੇ ਆ ਸੂਆ ਕੋਈ ਦੂਜਾ ਮੰਨ ਲੈ ਭਰਾ ਕੋਈ ਤੀਜਾ ਮੰਨ ਲੈ ਠੀਕ ਆ ਜੀ ਇੱਕ ਅੱਧੇ ਸੂਏ ਦਾ ਕੋਈ ਹੋ ਸਕਦਾ ਦੋਸਤੋ ਅੱਗਾ ਪਿੱਛਾ ਆਪਦੀ ਸਮਝ ਤੁਸੀਂ ਵੇਖ ਲਿਆ ਕਰੋ ਤੇ ਬੋਲਾ ਇਹਦੇ ਥੱਲੇ 12 ਹੀ ਦੱਸਿਆ ਗਗਨ 12 ਇਹਦੇ ਦਾ ਜੀ ਇਹਦੇ ਥੱਲੇ ਸੰਧੂ ਸਾਹਿਬ 13 14 ਕਿਲੋ ਹੋਊਗਾ ਜੀ ਠੀਕ ਹੈ ਜੀ ਹਾਂ 13 ਕਿਲੋ ਇਹਦੇ ਥੱਲੇ ਹੋਊਗਾ ਇਹਦੇ ਥੱਲੇ 14 ਕਿਲੋ ਹੋਊਗਾ ਲਓ ਜੀ ਹਾਂਜੀ ਸੋ 13 ਲੀਟਰ ਦੋਸਤੋ ਜਾਂ 13 ਤੋਂ ਪਲੱਸ ਇਹਦੇ ਥੱਲੇ ਬੋਲਾ ਹਾਜ਼ਰ ਆ ਬਾਕੀ ਸੰਧੂ ਸਾਹਿਬ 18 20 ਕਿਲੋ ਨੂੰ ਹੱਥ ਫੇਰੂਗੀ ਵੈੜ ਹੂੰ ਬਾਕੀ ਚਵਾ ਵੈੜ ਨੂੰ ਬਹੁਤ ਚੰਗਾ ਲੱਗਾ ਹੂੰ ਲਓ ਜੀ ਬਾਕੀ ਚੰਗੇ ਦੋਸਤੋ ਥਣ ਲੈ ਪਿਆ ਠੀਕ ਆ ਜੀ ਤੇ ਜਿੰਨੇ ਕੁ ਪੈਸੇ ਵੀ ਕਿਸੇ ਵੀ ਭਰਾ ਨੇ ਖਰਚ ਕਰਨੇ ਆ ਉਹੋ ਜਿਹਾ ਮਾਲ ਤੁਹਾਨੂੰ ਮਿਲ ਜੂਗਾ ਅੱਜ ਤਕਰੀਬਨ ਕੋਈ 8 7 ਨਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਇਹਦਾ ਮੁੱਲ ਗਗਨ ਕੀ ਕਰੇਗਾ ਵੀਰ ਸੰਧੂ ਸਾਹਿਬ ਮੁੱਲ ਭਾਵੇਂ 60 ਕਰੀਏ 57 ਦੀ ਵਛੀ ਦੇ ਦਈਏ 57 ਦੀ ਸਾਰੀਆਂ ਕਸਰਾਂ ਕੱਢ ਕੇ 55 ਦੀ ਦੇ ਦਈਏ ਵੀ 55 ਦੀ ਹਾਂ
ਬਾਕੀ ਕਰਿਆ ਜੇ ਮਾਨ ਤਾਨ ਖੁੱਲੇ ਡੁੱਲੇ ਹਜੇ ਵੀ ਜ਼ਿਆਦਾ ਲੱਗਣ ਡਿਆ ਜੇ ਦੇ ਦਿਆ ਜੇ ਹੋਰ ਵੀ ਕਰ ਦਿਓ ਜੇ ਲੈਸ ਜਿੰਨਾ ਆਖੋ ਉਨਾ ਕਰ ਆਹੋ ਕੋਈ ਨੀ ਆਪਣੇ ਭੈਣ ਭਰਾ ਜਿੱਥੋਂ ਤੱਕ ਕਹਿਣ ਦੇ ਦਿਆ ਕੋਈ ਗੱਲ ਨੀ ਚੰਗੇ ਧਨ ਭਾਂਡਿਆਂ ਦੇ ਵਿੱਚ ਆ ਬੁਖਾਲੇ ਬਖੂਲੇ ਚੰਗੇ ਸਾਫ਼ ਸੁਥਰੇ ਆ ਠੀਕ ਆ ਤੇ ਪੜਤਾ ਹਰ ਇੱਕ ਤਰ੍ਹਾਂ ਦਾ ਹੈਗਾ ਜਿਹੋ ਜਿਹਾ ਤੁਸੀਂ ਦੋਸਤੋ ਗੁੜ ਪਾ ਲਓਗੇ ਉਹੋ ਜਿਹਾ ਮਿੱਠਾ ਬਸ ਜੀ ਬਸ ਤੇ ਐਨੀਮਲ ਇਸੇ ਤਰ੍ਹਾਂ ਹੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਰਹਿੰਦੇ ਆ ਠੀਕ ਆ ਜੀ ਆ ਜਾਓ ਵੀਰ ਗਗਨ ਇੱਧਰ ਦੋਸਤੋ ਆ ਪਸ਼ੂ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਇੱਕੋ ਇੱਕ ਝੋਟੀ ਬਾਕੀ ਸਾਰੇ ਪਸ਼ੂ ਜਿੰਨੇ ਵੀ ਤੁਹਾਨੂੰ ਦਿਖਾਏ ਆ ਤਿੰਨ ਸੂਈਆਂ ਸਵਾਈਆਂ ਬੈੜਾਂ ਤਿੰਨ ਹੀ ਗੱਬਣ ਤਿਆਰੀ ਵਾਲੀਆਂ ਨੇ ਠੀਕ ਆ ਤੇ ਇੱਕ ਝੋਟੀ ਤੁਹਾਨੂੰ ਦਿਖਾਤੀ ਆ ਵਿੱਚ ਚਵਾਈ ਤੁਸੀਂ ਦੇਖ ਲਈ ਆ ਠੀਕ ਆ ਜੀ ਸੋ ਤਸੱਲੀ ਦੇ ਨਾਲ ਫੁੱਲ ਵੀਡੀਓ ਦੇਖ ਲਿਓ ਸੋ ਸਾਈ ਬਿਆਨਾ ਪਾਉਣ ਤੋਂ ਪਹਿਲਾਂ ਆਪਣਾ ਪਸ਼ੂ ਪੂਰੀ ਤਸੱਲੀ ਨਾਲ ਦੇਖ ਲਿਆ ਕਰੋ ਉਸ ਤੋਂ ਬਾਅਦ ਆਪਣਾ ਸਾਈ ਬਿਆਨਾ ਪਾ ਕੇ ਡੱਕ ਕੇ ਪਸ਼ੂ ਆਪਣੀ ਜਿਹੜੀ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਕੇ ਉਹ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਆ ਤੇ ਪਿੰਡ ਢੋਟੀਆਂ ਆਪਣੀ ਅੱਜ ਖਾਸ ਵਿਜਟ ਸੀਗੀ ਦੋਸਤੋ ਵੀਰ ਗਗਨ ਦੇ ਨੰਬਰ ਲੈ ਲੈਂਦੇ ਆ ਗਗਨ ਨੰਬਰ ਕਰ ਦਈਏ ਸਾਂਝੇ 84 75 0 73 97 ਠੀਕ ਹੈ ਜੀ ਓਕੇ ਭਰਾ ਓਕੇ ਜੀ ਵੇਖ ਲਾ ਕੁਛ ਰਹਿਤ ਨਹੀਂ ਗਿਆ ਨਹੀਂ ਨਹੀਂ ਮੈਂ ਨਾ ਬੜੀ ਕਿਰਪਾ ਸੰਧੂ ਸਾਹਿਬ ਲਓ ਜੀ ਸੋ ਦੋਸਤੋ ਇਹ ਸਨ ਗੱਲਾਂ ਬਾਤਾਂ ਠੀਕ ਹੈ ਜੀ ਨਾਲ ਦੀ ਨਾਲ ਪੂਰੀ ਵੇਰਵਾ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਤੇ ਬਾਕੀ ਰੁਟੀਨ ਦੇ ਵਿੱਚ ਕੰਮ ਕਰਦਾ ਵੀਰ ਗਗਨ ਠੀਕ ਹੈ ਜੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਤਕਰੀਬਨ ਕੋਈ ਇੱਕ ਦੋ ਤਿੰਨਾਂ ਦਿਨਾਂ ਬਾਅਦ ਜਿਹੜੀ ਅਪਡੇਟ ਆਪਾਂ ਤੁਹਾਨੂੰ ਦਿੰਦੇ ਰਹੀਦਾ ਇਸ ਫਾਰਮ ਤੋਂ ਫਿਲਹਾਲ ਅੱਜ ਇਸ ਕਵਰੇਜ ਵਿੱਚ ਇੰਨਾ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ।